ਨਿੱਜੀ ਤਜਰਬੇ ਦੇ ਅਰਥ ਜਿਹੜੀ ਇਹ ਗੱਲ ਕਹਿ ਰਿਹਾ ਤੋ 50 ਸਾਲ 25% ਨੇ ਦੋ ਸਦੀਆਂ ਦੇ ਤੇ ਉਹਦੇ ਵਿੱਚ ਜਿਹੜੇ ਨਿੱਜੀ ਤਜਰਬੇ ਨਾਲ ਮੈਂ ਇਕੱਲਾ ਨਹੀਂ ਬਲਕਿ ਸਾਰੇ ਹੋਰ ਜਿਨ੍ਹਾਂ ਨਾਲ ਗੱਲ ਕੀਤੀ ਆ ਉਹ ਮਹਿਸੂਸ ਕਰਨ ਨੇ ਕਿ ਮਨੁੱਖ ਜਿਹੜਾ ਨਿਗਾਰ ਵੱਲ ਗਿਆ ਹੈ ਜਿੱਥੇ ਤੱਕ ਮਨੁੱਖੀ ਕਦਰਾਂ ਕੀਮਤਾਂ ਦਾ ਸਵਾਲ ਹੈ ਤੋ ਫਿਰ ਉਸ ਨੂੰ ਅਸੀਂ ਕਿਸ ਤਰ੍ਹਾਂ ਸਿਵਲਾਈਜੇਸ਼ਨ ਕਹਦੇ ਆ ਕਿ ਜਿਸ ਨੇ ਮਦਰ ਜਿਹੜਾ ਮਨੁੱਖ ਨੂੰ ਮਨੁੱਖੀ ਨਿਗਾਰ ਵੱਲ ਲਿਆਂਦਾ ਤੋ ਇਹ ਜਿਹੜੀ ਚੀਜ਼ ਹੈ ਕਿ ਜੇ ਅਸੀਂ ਇਹ ਟਰੈਂਡ ਜਿਹੜਾ ਚੇਂਜ ਕਰਨਾ ਹੈ ਹੁਣ ਤੁਸੀਂ ਦੇਖੋ ਇਹੀ ਮੈਂ ਜਿਹੜੀ 50 ਸਾਲ ਪਹਿਲਾਂ ਜੇ ਸ਼ਾਇਦ ਤੁਹਾਡੇ ਚੋਂ ਕੋਈ ਨੇ ਪੰਜਾਬ ਦਾ ਤਜਰਬਾ ਹੋਵੇ ਮੈਨੂੰ ਚਲੋ 50 ਸਾਲ ਪੰਜਾਬ ਦਾ ਤਜਰਬਾ ਹੈ ਕਿ ਬਚਪਨ ਚ ਮੈਂ ਤੁਸੀਂ ਪੰਜਾਬ ਕਿਤੇ ਚਲੇ ਜਾਓ ਬਾਹਰ ਤੁਹਾਨੂੰ ਇੰਨੀਆਂ ਚੀਜ਼ਾਂ ਨੈਚੁਰਲ ਜਿਹੜੀਆਂ ਫਰੂਟ ਤੇ ਸਬਜ਼ੀਆਂ ਜਿਹੜੀਆਂ ਜਿਹੜੀਆਂ ਕੋਈ ਉਗਾਂਦਾ ਨਹੀਂ ਸੀ ਮਲਿਆਂ ਦੇ ਬੇਰ ਹੁੰਦੇ ਸੀ ਤੁਕੇ ਹੁੰਦੇ ਸੀ ਚਿਬੜ ਹੁੰਦੇ ਸੀਗੇ ਜਾਮਣਾ ਪਲੈਂਟ ਕੋਈ ਵੀ ਮਦਦ ਤੁਸੀਂ ਚਲੇ ਜਾਓ ਕਿਤੇ ਤੋ ਸਾਡੇ ਦੇ ਤਾਂ ਹੀ ਤੇ ਜਿਹੜੇ ਲੋਕ ਹੈ ਜਿਹੜੇ ਸੰਿਆਸ ਲੈ ਲੰਗੇ ਜੰਗਲਾਂ ਚਲੇ ਜਾਂਦੇ ਕਿ ਖਾਣ ਪੀਣ ਨੂੰ ਖੁੱਲਾ ਸਗਾ ਹੁਣ ਕੋਈ ਲਏਗਾ ਤੇ ਭੁੱਖਾ ਹੀ ਮਰੇਗਾ ਤੋ ਇਹ ਜਿਹੜੀ ਚੀਜ਼ ਹੈ ਕਿ এনਵਾਇਰਨਮੈਂਟ ਨੂੰ ਕਿੰਨਾ ਕਿ ਡੈਮੇਜ ਹੋਇਆ ਹੈ ਇਹ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੀਆਂ ਚੀਜ਼ਾਂ ਜਿਹਨੇ ਕੁਦਰਤ ਤੌਰ ਤੇ ਉਗ ਰਹੀਆਂ ਸੀਗੀਆਂ ਉਹ ਖਤਮ ਹੋ ਗਈਆਂ ਪੰਜਾਬ ਦੇ ਹੁਣ ਜਿਹੜਾ ਬੱਚਾ ਹੁਣ ਜਿਹੜਾ ਪੰਜਾਬ ਚ ਉਹਨੂੰ ਨਾ ਉਹਨੇ ਕਦੇ ਮਲਿਆਂ ਦੇ ਬੇੜ ਦੇਖਣਿਆ ਨਾ ਚਿਬੜ ਵਰਗੀ ਉਹ ਚਿਬੜ ਕੀ ਹੁੰਦਾ ਉਹਨੂੰ ਪਤਾ ਹੀ ਨਹੀਂ ਲੱਗੇਗਾ ਕਦੇ ਕਿ ਉਹਨੇ ਦੇਖਣਾ ਹੀ ਨਹੀਂ ਨਾ ਉਹ ਚੀਜ਼ਾਂ ਹੈਗੀਆਂ ਨੇ ਹੁਣ ਇਹ ਖਤਮ ਹੋ ਗਏ ਆ ਸਾਰੇ ਜਿਹੜੀਆਂ ਜਿਹੜੀਆਂ ਬਰਡਸ ਦੀ ਸਪੀਸੀਜ਼ ਮੈਂ ਦੱਸਿਆ ਕਿ 75% ਖਤਮ ਹੋ ਗਏ ਨਾਲ ਆ ਜਿਹੜੀਆਂ ਨੈਚੁਰਲ ਜਿਹੜੇ ਫਰੂਟ ਐ ਨੈਚੁਰਲ ਜਿਹੜੇ ਸਿਗੇ ਇਹ ਜਿਹੜੀਆਂ ਚੀਜ਼ਾਂ ਮਤਲਬ ਸਬਜ਼ੀਆਂ ਜਾਂ ਕਹਿ ਲਓ ਜਾਂ ਜੋ ਵੀ ਖਾਣ ਵਾਲੀਆਂ ਚੀਜ਼ਾਂ ਉਹ ਵੀ ਖਤਮ ਹੋ ਚੁੱਕੀਆਂ ਲੋਪ ਹੋ ਰਹੀਆਂ ਨੇ ਤੋ ਇਹ ਸਾਰੀ ਚੀਜ਼ ਦਾ ਜਿਹੜੇ ਜੇ এনਵਾਇਰਨਮੈਂਟ ਨੂੰ ਬਚਾਣਾ ਹੈ ਤੋ ਇਹ ਜਿਹੜਾ ਉਹਦਾ ਮੁੱਖ ਕਾਰਨ ਇਹ ਮੈਨੂੰ ਲੱਗਦਾ ਹੈ ਕਿ ਜਿਹੜਾ ਸਿਸਟਮ ਇਹ ਗਲਤ ਹੈ ਜਿਹੜਾ ਤੇ ਸਾਨੂੰ ਜਿਹੜਾ ਕਿ ਆਲਟਰਨੇਟਿਵ ਜਿਹੜਾ ਮਾਡਲ ਆਫ ਡਵੈਲਪਮੈਂਟ ਚਾਹੀਦਾ ਹੈ ਤੇ ਮੇਰੇ ਜਿਹੜੇ ਮੇਰੀ ਧਾਰਨਾ ਹੈ ਕਿ ਇਹ ਸਾਨੂੰ ਗੁਰਬਾਣੀ ਤੋਂ ਬਿਨਾ ਹੋਰ ਕੋਈ ਵੀ ਜਿਹੜੀ ਹੈ ਕਿਸੇ ਫਲਸਫੇ ਕੋਲ ਸਮਰੱਥਾ ਨਹੀਂ ਹੈ ਕਿ ਉਹ ਇੱਕ ਆਲਟਰਨੇਟਿਵ ਮਾਡਲ ਆਫ ਡਵੈਲਪਮੈਂਟ ਜਿਹੜਾ ਹੈ ਉਹ ਦੇ ਸਕੇ ਤੋ ਹੁਣ ਜੇ ਅਸੀਂ ਦੇਖੋ ਜੇ এনਵਾਇਰਨਮੈਂਟ ਦੀ ਗੱਲ ਸਾਡੇ ਲਈ ਕੋਈ ਨਵੀਂ ਨਹੀਂ ਸਿੱਖ ਸਿੱਖ ਪਰੰਪਰਾ ਸਤਿਮੇ ਪਾਸ਼ਾ ਗੁਰੂ ਹਰਰਾਇ ਜੀ ਨੇ ਜਿੰਨਾ ਉਹਨਾਂ ਨੇ এনवायरमेंट ਲਈ ਕੀਤਾ ਹੈਗਾ ਕਿਸ ਤਰ੍ਹਾਂ ਉਹਨਾਂ ਨੂੰ ਕਿੰਨੇ ਸੈਂਸਿਟਿਵ ਸੀਗੇ ਕਿਸ ਤਰ੍ਹਾਂ ਉਹ ਇਹ ਜਿਹੜੀ ਚੀਜ਼ ਹੈ ਦੇਖੋ ਕਿੰਨੇ ਸੋ ਸਾਲ ਪਹਿਲਾਂ ਤੇ ਗੁਰੂ ਸਾਹਿਬ ਕਿਸ ਤਰ੍ਹਾਂ ਮਤਲਬ ਇੱਕ ਇੱਕ ਜਿਹੜਾ ਉਹ ਬਗੀਚੇ ਦੇ ਵਿੱਚ ਕੋਈ ਫੁੱਲ ਵੀ ਕੋਈ ਤੋੜਦਾ ਸੀ ਤੇ ਉਹਨਾਂ ਨੂੰ ਬੜਾ ਉਸ ਉਹਦੇ ਮਹਿਸੂਸ ਹੁੰਦਾ ਸੀਗਾ ਉਹਦੇ ਵੀ ਜਿਹੜਾ ਫੁੱਲ ਇੱਕ ਫੁੱਲ ਦਾ ਵੀ ਜਿਹੜਾ ਉਹ ਦਰਦ ਜਿਹੜਾ ਮਹਿਸੂਸ ਕਰ ਸਕਦੇ ਇੰਨੀ ਸਾਡੇ ਗੁਰੂ ਸਾਹਿਬ ਦੀ এনवायरमेंट ਪ੍ਰਤੀ ਸੈਂਸਿਟਿਵਿਟੀ ਸੀ ਤੋ ਜੇ ਅਸੀਂ ਵਾਕਈ ਜੇ ਨਵਾਣ ਨੂੰ ਬਚਾਣਾ ਤੇ ਇਸ ਤਰ੍ਹਾਂ ਜਿਉ ਜੋ ਗੁਰੂ ਸਾਹਿਬ ਨੇ ਜੋ ਜੋ ਗੁਰੂ ਸਾਹਿਬਾਨ ਨੇ ਉਹ ਜੋ ਗੁਰਬਾਣੇ ਦੇ ਵਿੱਚ ਉਹਨੂੰ ਜੀਵਨ ਉਹ ਜੀਵਨ ਜਿਕੇ ਦਿਖਾਇਆ ਹੈ ਉਹਦੇ ਉਸ ਗੁਰਬਾਣੇ ਦੇ ਅਨਸਾਰ ਇੱਕ ਅਲਟਰਨੇਟਿਵ ਮਾਡਲ ਡਵੈਲਪਮੈਂਟ ਜਿਹਦੀ ਸੇ ਗੱਲ ਕਰਦੇ ਆ ਤਾਂ ਸਾਡੇ ਗੁਰੂ ਸਾਹਿਬਾਨ ਦਾ ਆਪਣੇ ਜੀਵਨ ਜਿਹੜਾ ਹੈ ਉਹ ਇੱਕ ਲਿਵਿੰਗ ਟੈਸਟੀਮਨੀ ਹੈ ਕਹੇ ਦੇਖੋ ਇਹ ਜੀਵਨ ਜੀਆ ਜਾ ਸਕਦਾ ਹੈ ਇਹਦੇ ਅਨੁਸਾਰ ਜੀ ਤੋ ਇਹ ਦੁਨੀਆ ਨੂੰ ਦੂਸਰੇ ਜੋ ਹੋਪ ਹੈ ਦੁਨੀਆ ਨੂੰ ਇਹ ਕਿ ਸਿਰਫ ਇਹ ਥਿਉਰੈਟਿਕਲ ਗੱਲਾਂ ਨਹੀਂ ਗੁਰੂ ਸਾਹਿਬ ਨੇ ਆਪਣਾ ਜੀਵਨ ਉਸ ਅਸੂਲਾਂ ਜਿਹੜੇ ਉਹਨਾਂ ਨੇ ਉਹਨਾਂ ਨੇ ਪ੍ਰਚਾਰਿਆ ਉਸ ਦੇ ਅਨੁਸਾਰ ਆਪਣਾ ਜੀਵਨ ਵੀ ਜੀ ਕੇ ਦਿਖਾਇਆ ਸਾਡੇ ਲਈ ਐਗਜ਼ੈਂਪਲ ਜਿਹੜੇ ਕ੍ਰੀਏਟ ਕੀਤੇ ਆ ਗਏ ਤੋ ਜੇ ਜੇ ਮੈਂ ਇਹ ਕਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰੇਮ ਤੇ ਗਿਆਨ ਦੇ ਮਾਰਗ ਦਾ ਸੁਮੇਲ ਹੈ ਤਾਂ ਸ਼ਾਇਦ ਅਤਕਥਨੀ ਨਹੀਂ ਹੋਏਗੀ ਵਿਗਿਆਨ ਜਿਹੜਾ ਹੈ ਉਹ ਬਾਹਰ ਮੁਖੀ ਗਿਆਨ ਨਾਲ ਸੰਬੰਧਿਤ ਹੈ ਜਿਹਨੂੰ ਅਸੀਂ ਅੰਗਰੇਜ਼ੀ ਚ ਕਹਿੰਦੇ ਆਬਜੈਕਟਿਵ ਰਿਐਲਿਟੀ ਤੇ ਜਿਹੜੀ ਤਾਂ ਜਿਹੜਾ ਰੂਹਾਨੀ ਗਿਆਨ ਹੈ ਸਪਿਰਚੁਅਲ ਨੋਲੇਜ ਜਿਹੜੀ ਹੈ ਸੈਂਟੀਫਿਕ ਨੋਲੇਜ ਇਜ਼ ਕਨਸਰਨਡ ਵਿਦ ਆਬਜੈਕਟਿਵ ਰਿਐਲਿਟੀ ਜਿਹੜੀ ਸਪਿਰਚੁਅਲ ਨੋਲੇਜ ਹੈ ਉਹ ਜਿਹੜੀ ਹੈ ਉਹ ਅੰਦਰੂਖੀ ਗਿਆਨ ਹੈ ਸਬਜੈਕਟਿਵ ਹੈ ਤਾਂ ਗੁਰਬਾਨੇ ਜੋ ਅੰਦਰ ਸਭ ਕੁਝ ਕਰਮ ਹੈ ਬਾਹਰ ਨਹੀਂ ਬਾਹਰ ਟੋਲੇ ਸੋ ਪਰਮਪੁਲਾਏ ਹੁਣ ਇਹ ਦੇਖੋ ਇਸ ਗੱਲ ਚ ਕਿੰਨੀ ਕਿ ਸਚਾਈ ਹੈ ਕਿ ਜਿਹੜਾ ਬ੍ਰਹਮੰਡ ਦਾ ਜਿਹੜਾ ਪਸਾਰ ਹੈ ਇੰਨਾ ਵੱਡਾ ਹੈ ਕਿ ਬਾਹਰ ਮੁਖੀ ਪਹੁੰਚਦੇ ਨਾਲ ਜਿਹੜਾ ਹੈ ਉਸ ਨੂੰ ਸਮਝਣਾ ਅਸੰਭਵ ਹੈ ਕਿ ਸਾਡੇ ਕੋਈ ਵੀ ਬੰਦਾ ਜਿਹੜਾ ਮਨ ਲੱਗਾ ਕਿ ਹਿੰਦੁਸਤਾਨ ਦੇ ਜਿਹੜੀ ਆਬਾਦੀ ਚ ਸਿਰਫ 11000 ਸ਼ਾਇਦ ਇਨਸਾਨ ਨੇ ਜਿਹੜੇ ਇੱਕ ਅਰਬ 30 ਕਰੋੜ ਦੇ ਵਿੱਚੋਂ ਜਿਹੜੇ ਜਿਹੜੇ 100 ਸਾਲ ਤੋਂ ਵੱਧ ਜਿਨ੍ਹਾਂ ਦੀ ਉਮਰ ਹੈ ਤੋਂ ਕਿੰਨੇ ਮਤਲਬ 100 ਸਾਲ ਵੀ ਉਮਰ ਭੋਗਣੇ ਬੜੇ ਘੱਟ ਲੋਕਾਂ ਨੂੰ ਸੇਵ ਹੁੰਦੀ ਹੈ ਤੋਂ ਤੋਂ ਚਲੋ 100 ਸਾਲ ਕਹਿ ਲੋ ਲੇਕਿਨ ਬ੍ਰਹਮੰਡ ਦਾ ਜਿਹੜਾ ਪਸਾਰ ਕਿੰਨਾ ਕ ਹੈ ਕਿ ਕਈ ਤਾਰਿਆਂ ਦੀ ਜਿਹੜੀ ਰੋਸ਼ਨੀ ਹੈ ਸਾਡੇ ਤੱਕ ਪਹੁੰਚਣ ਲਈ ਕਈ ਲਾਈਟ ইয়ারਸ ਲਾਈਟ ইয়ার ਰੋਸ਼ਨੀ ਦਾ ਸਾਲ ਕੀ ਹੈ ਕਿ ਰੋਸ਼ਨੀ ਜਿਹੜੀ ਹੈ ਇੱਕ ਸੈਕਿੰਡ ਦੇ ਵਿੱਚ 1,86,000 ਮੀਲ ਜਿਹੜਾ ਸਫਰ ਟਰੈਵਲ ਕਰਦੀ ਹੈ ਤਾਂ ਇੱਕ ਸਾਲ ਦਾ ਡਿਸਟੈਂਸ ਲਾਓ ਇੱਕ ਸੈਕਿੰਡ 1,86,000 ਮੀਲ ਤੇ ਕਈਆਂ ਤਾਰਿਆਂ ਦੀ ਜਿਹੜੀ ਤਾਰਿਆਂ ਦੀ ਰੋਸ਼ਨੀ ਜਿਹੜੀ ਹੈ ਸਾਡੇ ਤੋਂ ਕਈ ਲਾਈਟ ইয়ারਸ ਜਿਹੜੀ ਦੂਰ ਹੈ ਤੋ ਇਹਦਾ ਮਤਲਬ ਹੈ ਕਿ ਜੇ ਬੰਦਾ ਕਹੇ ਕਿ ਮੈਂ ਸਾਰੇ ਜਿਹੜੀ ਅਸੀਂ ਸੁਪਰਫਿਸ਼ੀਅਲੀ ਲੈ ਲਈਏ ਵੀ ਜਿਹੜੇ ਸਾਇੰਸ ਕਹਿੰਦੇ ਕਿ ਅਸੀਂ ਤਾਂ ਉਹੀ ਸਚਾਈ ਮੰਨਣੀ ਹੈ ਜਿਹੜੀ ਕਿ ਅਸੀਂ ਖੁਦ ਵੈਰੀਫਾਈ ਕਰ ਸਕਦੇ ਹਾਂ ਤੋ ਮੈਨੂੰ ਦੱਸੋ ਕਿ ਕਿਹੜਾ ਮਨੁੱਖ ਆਪਣੇ 100 ਸਾਲਾਂ ਦੇ ਜੀਵਨ ਦੇ ਵਿੱਚ ਸਾਰੇ ਬ੍ਰਹਮੰਡ ਦੇ ਪਸਾਰੇ ਨੂੰ ਜਿਹੜਾ ਬਾਰਮੁਖੀ ਜਿਹੜੇ ਟਾਂਗ ਨਾਲ ਆਪ ਐਕਸਪੈਰੀਮੈਂਟ ਕਰਕੇ ਜਿਹੜਾ ਹੈ ਉਸ ਦੀ ਜਿਹੜੀ ਸਚਾਈ ਨੂੰ ਵੈਰੀਫਾਈ ਕਰ ਸਕਦਾ ਤੋ ਉਹਦੇ ਚ ਕੀ ਹੈ ਸਾਡੇ ਕੋਲ ਜੋ ਗੁਰਬਾਣੀ ਨੇ ਦਿੱਤਾ ਹੈ ਜੋ ਇਹਨਾਂ ਨੇ ਹੁਣੇ ਕਿਹਾ ਜੋ ਬ੍ਰਹਿਮੰਡੇ ਜੋ ਪਿੰਡੇ ਕਿ ਜੋ ਬ੍ਰਹਿਮੰਡੇ ਜੋ ਸਚਾਈ ਹੈ ਪਸਾਰਦੀ ਉਹ ਲਗੂ ਰੂਪ ਦੇ ਵਿੱਚ ਯਾਨੀ ਮਾਈਕਰੋ ਫਾਰਮ ਦੇ ਵਿੱਚ ਹਰ ਇੱਕ ਇਨਸਾਨ ਦੇ ਅੰਦਰ ਪਈ ਹੈ ਤਾਂ ਇਹ ਤਾਂ ਰੀਅਲਿਸਟਿਕ ਹੈ ਕਿ ਇੱਕ ਇਨਸਾਨ ਜਿਹੜਾ ਹੈ ਅਗਰ ਆਪਣੀ ਉਹ ਜਿਹੜੀ ਅੰਦਰੂਨੀ ਸਚਾਈ ਨੂੰ ਸਮਝ ਜਾਏ ਤੇ ਉਹਦੇ ਉਹ ਬ੍ਰਹਿਮੰਡੇ ਸਚਾਈ ਨੂੰ ਸਮਝ ਗਿਆ ਕਿਉਂਕਿ ਉਹ ਸਾਰੇ ਬ੍ਰਹਿਮੰਡੀ ਸਚਾਈ ਮਾਈਕਰੋ ਫਾਰਮ ਦੇ ਵਿੱਚ ਇੱਕ ਇਨਸਾਨ ਦੇ ਵਿੱਚ ਹੈ ਲੇਕਿਨ ਜੇ ਕੋਈ ਕਹਿੰਦਾ ਨਹੀਂ ਮੈਂ ਤਾਂ ਬਾਹਰੋਂ ਜਾ ਕੇ ਦੇਖਣਾ ਤੋ ਉਹਨੇ ਭਰਮ ਤੇ ਭੁਲਾਈ ਤੋਂ ਬਿਨਾ ਉਹਦੇ ਕੁਝ ਨਸੀਬ ਨਹੀਂ ਹੋਣਾ ਹੁਣ ਇੱਕ ਹੋਰ ਅਸੀਂ ਐਗਜ਼ਾਮਪਲ ਇਹਨੂੰ ਇਦਾਂ ਵੀ ਲੈ ਸਕਦੇ ਆ ਕਿ ਹੁਣ ਪਾਣੀ ਹੈ ਇੱਕ ਪਾਣੀ ਸਮੁੰਦਰ ਹੈ ਇੱਕ ਪਾਣੀ ਦੀ ਇੱਕ ਬੂੰਦ ਹੈ ਹੁਣ ਜੇ ਕੋਈ ਬੰਦੇ ਨੇ ਪਾਣੀ ਦੇ ਗੁਣ ਜਿਹੜੇ ਹੈ ਉਹ ਪਰਖ ਕਰਨੀ ਹੈ ਸਮਝਣੇ ਹੈ ਤੋ ਕਹੇ ਮੈਂ ਸਾਰੇ ਸਮੁੰਦਰ ਤੇ ਐਕਸਪੈਰੀਮੈਂਟ ਕਰਾਂਗਾ ਤੋ ਕੋਈ ਮਨੁੱਖ ਜਿਹੜਾ ਹੈ ਉਹਦੀ ਇੰਨੀ ਸਮਰੱਥਾ ਨਹੀਂ ਕੋਈ ਸਾਰੇ ਸਮੁੰਦਰ ਦੇ ਪਾਣੀ ਦੇ ਜਾ ਕੇ ਉਹਦੇ ਦੇ ਜਾ ਕੇ ਐਕਸਪੈਰੀਮੈਂਟ ਕਰੇ ਲੇਕਿਨ ਇੱਕ ਬੂੰਦ ਨੂੰ ਅਗਰ ਸਮਝ ਲਵੇ ਮਨੁੱਖ ਜੜਾ ਤੇ ਉਹਨੂੰ ਸਾਰੇ ਪਾਣੀ ਦੇ ਗੁਣ ਜਿਹੜੇ ਆ ਉਹ ਸਮਝ ਆ ਸਕਦੇ ਆ ਤਾਂ ਇੱਕ ਜਿਹੜਾ ਗਿਆਨ ਜਿਹੜਾ ਹੈ ਅਸੀਂ ਉਹਦੀਆਂ ਜਿਹੜੀਆਂ ਤੇ ਬੇਸ਼ੱਕ ਆਰਬਿਟਰਰੀ ਜਿਹੜਾ ਡਿਵੀਜ਼ਨ ਕਿਤੇ ਲੇਕਿਨ ਮੈਂ ਕਹਾਂਗਾ ਜੇ ਅਸੀਂ ਸਮਝਣਾ ਹੈ ਗਿਆਨ ਨੂੰ ਤਾਂ ਮੁੱਖ ਤੌਰ ਤੇ ਉਹਦੇ ਤਿੰਨ ਪੱਧਰ ਹੈਗੇ ਨੇ ਇੱਕ ਤਾਂ ਜਿਹੜਾ ਗਿਆਨ ਜਿਹੜਾ ਮੁੱਢਲਾ ਸਭ ਤੋਂ ਜਿਹੜਾ ਅਸੀਂ ਆਪਣੇ ਇੰਦਰੀਆਂ ਰਾਹੀਂ ਜਿਹੜਾ ਹਾਸਲ ਕਰਦੇ ਆ ਇੰਦਰੀਆਵੀ ਗਿਆਨ ਜਿਹੜਾ ਹੈ ਅੰਗਰੇਜ਼ੀ ਚ ਆਪਾਂ ਇਹਨੂੰ ਪਰਸੈਪਟਿਵ ਨੌਲੇਜ ਕਹਿ ਸਕਦੇ ਇਸ ਤੋਂ ਬਾਅਦ ਕੀ ਹੈ ਕਿ ਜੋ ਇੰਦਰੀਆਂ ਰਾਹੀਂ ਜਿਹੜੀ ਇਨਫੋਰਮੇਸ਼ਨ ਅਸੀਂ ਗੈਦਰ ਕੀਤੀ ਉਸ ਤੋਂ ਅਗਲਾ ਜਿਹੜਾ ਪੜਾਇਆ ਗਿਆਨ ਦਾ ਹੈ ਇੰਟੈਲੈਕਚੁਅਲ ਨਾਲਕ ਬૌਧਿਕ ਗਿਆਨ ਹੈ ਲੇਕਿਨ ਬૌਧਿਕ ਬੁੱਧੀ ਦੀਆਂ ਵੀ ਸੀਮਾਵਾਂ ਨੇ ਲੇਕਿਨ ਇਸ ਤੋਂ ਉੱਪਰਲਾ ਜਿਹੜਾ ਆਖਰੀ ਜਿਹੜਾ ਗਿਆਨ ਦਾ ਪੱਧਰ ਹੈ ਉਹ ਆਤਮਿਕ ਗਿਆਨ ਜਾਨੀ ਸਪਿਰਚੁਅਲ ਨਾਲੇਜ ਹੈ ਇਸੇ ਤਰ੍ਹਾਂ ਜਿਹੜਾ ਹੈ ਕਿ ਜਿਹੜੀ ਰਿਐਲਿਟੀ ਜੋ ਆਪਸ ਸੱਚਾਈ ਕਹਿੰਨੇ ਆ ਸੱਚਾਈ ਦੇ ਵੀ ਤਿੰਨ ਪੱਧਰ ਹੈ ਇੱਕ ਸੱਚਾਈ ਜਿਹੜੀ ਇੰਦਰੀਆਂ ਦੇ ਨਾਲ ਜਿਹੜੀ ਵੈਰੀਫਾਈ ਕੀਤੀ ਜਾ ਸਕਦੀ ਹੈ ਆਪਾਂ ਇਹਨੂੰ ਮਤਲਬ ਉਹਨੂੰ ਵੀ ਆਪਾਂ ਕਹਿੰਦੇ ਇੰਦਰੀ ਜਿਹੜੀ ਪ੍ਰਤੱਖ ਸੱਚਾਈ ਜਾਂ ਪਰਸਪੈਕਟਿਵ ਜਿਹੜੀ ਰਿਐਲਿਟੀ ਲੇਕਿਨ ਇੱਕ ਰਿਐਲਿਟੀ ਉਸ ਤੋਂ ਉੱਪਰ ਹੈ ਕਿ ਜਿਹੜੀ ਪ੍ਰਤੱਖ ਨਹੀਂ ਲੇਕਿਨ ਅਸੀਂ ਜਿਹੜਾ ਉਸ ਨੂੰ ਫਿਰ ਵੀ ਸਮਝਦੇ ਆ ਜਿਹੜੀ ਇੱਕ ਪ੍ਰਤੱਖ ਜਿਹੜੀ ਸੱਚਾਈ ਨੂੰ ਜਿਹੜੀ ਵੀਜ਼ੀਬਲ ਰਿਐਲਿਟੀ ਨੂੰ ਟ੍ਰਾਂਸੈਂਡ ਕਰਦੀ ਹੈ ਉਹਨੂੰ ਆਪਾਂ ਟ੍ਰਾਂਸੈਂਡੈਂਟ ਜਾਂ ਪਾਰ ਅਨੁਭਵੀ ਸਚਾਈ ਕਹਿ ਸਕਦੇ ਹਾਂ ਤੇ ਇੱਕ ਸਚਾਈ ਕਿਹੜੀ ਹੈ ਜਿਹੜੀ ਅੰਤਮ ਸਚਾਈ ਜਿਹੜੀ ਅਟੱਲ ਸਚਾਈ ਹੈ ਹੁਣ ਇਹ ਛੋਟੇ ਜਿਹੇ ਮੇਰੇ ਇੱਕ ਐਗਜ਼ਾਮਪਲ ਹੁੰਦੇ ਤੁਹਾਡੇ ਨਾਲ ਮੈਂ ਉਹਦੀ ਸਾਂਝੀ ਕਰਦਾ ਕਿ ਜੇ ਇੱਕ ਆਦਮੀ ਇੱਕ ਬੱਚਾ ਹੈ 10 ਸਾਲ ਦਾ ਲੜਕਾ ਖੜਾ ਹੈ 30 ਸਾਲ ਦਾ ਨੌਜਵਾਨ ਖੜਾ ਹੈ ਦੋਨੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਦੇਖੋ ਜੀ ਇਹਨਾਂ ਦੋਆਂ ਚੋਂ ਕੌਣ ਤਕੜਾ ਹੈ ਇਹ ਹੈ ਵਿਜੀਬਲ ਚਾਈਲਡ ਕਿ 30 ਸਾਲ ਦਾ ਜਿਹੜਾ ਨੌਜਵਾਨ 10 ਸਾਲ ਦੇ ਬੱਚੇ ਨਾਲੋਂ ਜਿਹੜਾ ਮੁੰਡੇ ਨਾਲੋਂ ਉਹ ਤਕੜਾ ਹੈ ਇਹ ਤਾਂ ਹਰ ਕੋਈ ਦੇਖ ਸਕਦਾ ਹੈ ਵਿਜੀਬਲ ਲੇਕਿਨ ਹੁਣ ਸਾਨੂੰ ਪਤਾ ਹੈ ਕਿ ਇੱਕ ਸਚਾਈ ਦੇ ਪਿੱਛੇ ਵੀ ਸਚਾਈ ਹੈ ਕਿ ਇਹ ਜਿਹੜਾ 20 ਸਾਲ ਬਾਅਦ ਕੀ ਹੋਏਗਾ 20 ਸਾਲ ਬਾਅਦ ਜਿਹੜਾ 10 ਸਾਲ ਵਾਲਾ ਉਹ ਨੋ ਜੋ ਆਨ ਤਕੜਾ ਹੋ ਜਾਏਗਾ ਜਿਹੜਾ 30 ਸਾਲ ਦਾ ਹੈ ਉਹ ਥੋੜਾ ਬੁਢਾਪੇ ਵਾਲ ਉਹ ਉਹਦੇ ਨਾਲੋਂ ਔਰ ਚਾਂਸ ਹੈ ਕਿ 30 ਸਾਲ ਵਾਲਾ ਬੰਦਾ 50 ਸਾਲ ਨਾਲੋਂ ਥੋੜਾ ਤਕੜਾ ਹੀ ਹੋਏਗਾ ਤੋ ਇਹ ਸਚਾਈ ਹੈ ਜਿਹੜੀ ਸਚਾਈ ਦੇ ਪਿੱਛੇ ਸਚਾਈ ਕਮ ਲੇਕਿਨ ਤੁਸੀਂ ਉਹਨੂੰ ਉਸ ਵੇਲੇ ਵੈਰੀਫਾਈ ਨਹੀਂ ਕਰ ਸਕਦੇ ਲੇਕਿਨ ਸਾਨੂੰ ਇਹ ਅਨੁਭਵ ਤੋਂ ਪਾਰ ਦੀ ਗੱਲ ਹੈ ਜਿਹੜੀ ਚੀਜ਼ ਅਸੀਂ ਵਿਜੀਬਲ ਰਿਐਲਿਟੀ ਤੋਂ ਕਿਦਾਂ ਹੋਣਾ ਹੁਣ ਅੰਤਮ ਸਚਾਈ ਜਾਂ ਟੱਲ ਸਚਾਈ ਕੀ ਹੈ ਕਿ ਇੱਕ ਦਿਨ ਨਾਇਨੇ ਜੀਣਾ ਨਾ ਇੱਕ ਦਿਨ ਦੋਵਾਂ ਦੀ ਜਿਹੜੀ ਮੌਤ ਜਿਹੜੀ ਹੈ ਇਹ ਨਿਸ਼ਚਿਤ ਹੈ ਚਾਹੇ 10 ਸਾਲ ਦਾ ਚਾਹੇ ਵੀ ਕੋਈ ਪਹਿਲਾਂ ਮਰ ਜਾਏ 5 ਚ ਮਰ ਜਾਏ ਲੇਕਿਨ ਇੱਕ ਜ਼ਰੂਰ ਹੈ ਗੱਲ ਕਿ ਜਿਹੜਾ ਜੰਮਿਆ ਉਹਨੇ ਮਰਨਾ ਜ਼ਰੂਰ ਹੈ ਤੋ ਇਹ اٹਲ ਸਚਾਈ ਹੈ ਮੌਤ ਜੀਵਨ ਦੀ ਜਿਹੜੀ ਹੈ ਉਹ اٹਲ ਸਚਾਈ ਹੈ ਅੰਤਮ ਔਰ اٹਲ ਸਚਾਈ ਹੈ ਤੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਜ਼ਿਆਦਾ ਜਿਹੜੇ ਹੈ اٹਲ ਸਚਾਈ ਜਿਹੜੇ ਹੈ ਉਹ ਮਤਲਬ ਜਿਹਨੂੰ ਆਪਾਂ ਜਾਂ ਜਿਹੜਾ ਗਿਆਨ ਦਾ ਉਹ ਪੱਧਰ ਹੈ ਅਟਰਨਲ ਟਰੂਥ ਐਂਡ ਸਪਿਰਚੁਅਲ ਨੋਲੇਜ ਜਿਹੜੀ ਹੈ ਜਿਹਨੂੰ ਆਪਾਂ ਬ੍ਰਹਮ ਗਿਆਨ ਸ਼ਬਦ ਜਿਹੜਾ ਵਰਤਿਆ ਗਿਆ। ਤੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਗੁਰੂ ਗ੍ਰੰਥ ਸਾਹਿਬ ਦੀ ਪਰਵਾਸ਼ਾ ਜਿਹੜੀ ਹੈ ਉਥੇ ਪਰਮੇਸ਼ਰ ਦਾ ਥਾਨ ਸਾਧ ਸੰਗ ਗਾਵੇ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸੋ ਅਰਥਾਤ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹੜੇ ਪੂਰਨ ਜਿਹੜੇ ਹੈ ਬ੍ਰਹਮ ਗਿਆਨ ਯਾਨੀ ਸਪਿਰਚੁਅਲ ਨਾਲੇ ਦੇ ਸੋ ਮੇ ਹਨ। ਤੋਂ ਇਹ ਜਿਹੜੀ ਕੀ ਹੈ ਅਟਲ ਸਚਾਈ ਕੀ ਹੈ ਬ੍ਰਹਮ ਗਿਆਨ ਕਿ ਉਹ ਸਚਾਈ ਉਹ ਗਿਆਨ ਜਿਹੜਾ ਟਾਈਮ ਐਂਡ ਸਪੇਸ ਦੇ ਨਾਲ ਬਾਉਂਡ ਨਹੀਂ ਹੈ ਕਿ ਜਿਹੜੀ ਚੀਜ਼ ਜਿਹੜੀ ਹੈ ਟਾਈਮ ਐਂਡ ਸਪੇਸ ਦੇ ਵਿੱਚ ਬਾਉਂਡ ਹੈ ਉਹ اٹਲ ਨਹੀਂ ਹੋ ਸਕਦੀ ਜਿਹੜੀ ਤੁਸੀਂ ਟਾਈਮ ਐਂਡ ਸਪੇਸ ਦੇ ਵਿੱਚ ਬਾਉਂਡ ਹੋ ਗਈ ਉਸ ਨੇ ਜਿਹੜਾ ਹੈ ਉਸ ਦਾ વિનાਸ਼ ਵਿੱਚ ਨਿਸ਼ਚਿਤ ਹੈ ਉਹ ਨਾਸ਼ਵਾਨ ਹੈ ਉਹ ਤਾਂ ਇਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਸਚਾਈ ਹੈ ਉਹ ਸ਼ੁਰੂ ਦੇ ਵਿੱਚ ਹੀ ਕਿਹਾ ਗਿਆ ਆਦ ਸਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੇ ਵੀ ਸੱਚ ਤੋ ਗੁਰਬਾਣੀ ਜਿਹੜੀ ਹੈ ਉਹ ਸੱਚ ਦੀ ਜਿਹੜੀ ਹੈ ਉਹ ਨਿਰੰਤਰ ਖੋਜ ਦੁਆਰਾ ਜਿਹੜੀ ਹੈ ਸੱਚ ਦੀ ਨਿਰੰਤਰ ਖੋਜ ਦੁਆਰਾ ਅਟਲ ਸੱਚ ਅਟਲ ਸੱਚ ਤੱਕ ਸਚਾਈ ਤੱਕ ਜਿਹੜਾ ਪਹੁੰਚਣ ਦਾ ਸੁਨਿਆ ਦੇ ਰਹੀ ਹੈ ਕਿ ਇਸ ਜਿਹੜੀ ਵਿਜ਼ੀਬਲ ਰਿਐਲਿਟੀ ਤੋਂ ਟ੍ਰਾਂਸੈਂਡੈਂਟ ਰਿਐਲਿਟੀ ਹੁੰਦੇ ਹੋਏ ਇਹਨੂੰ ਸਮਝਦੇ ਹੋਏ ਜਿਹੜਾ ਗੋਲ ਕੀ ਹੈ ਬੰਦੇ ਦਾ ਸਾਡਾ ਜਿਹੜਾ ਗਿਆਨ ਦੇ ਜਿਹੜੇ ਆਖਰੀ ਪੜਾਅ ਤੱਕ ਪਹੁੰਚਣਾ ਜਰ ਹੈ ਉਸ ਅਟਲ ਸਚਾਈ ਨੂੰ ਅੰਤਮ ਸਚਾਈ ਨੂੰ ਉਸ ਬ੍ਰह्म ਗਿਆਨ ਨੂੰ ਜਿਹੜਾ ਸਮਝਣਾ ਹੈ ਉਹ ਗੁਰਬਾਣੀ ਦੇ ਵਿੱਚ ਜਿਹੜਾ ਹੈ ਇਹ ਖੋਜੀ ਔਰ ਸਿੱਖ ਬਣ ਕੇ ਉਸ ਵੱਲ ਜਿਹੜਾ ਸਫ਼ਰ ਸ਼ੁਰੂ ਕਰਨਾ ਜਰ ਹੈ ਇਸ ਦੇ ਜਿਹੜੀ ਪ੍ਰੇਰਣਾ ਦਿੱਤੀ ਗਈ ਹੈ ਤਾਂ ਜਿਹੜਾ ਸਿੱਖ ਜਿਹੜਾ ਹੈ ਗੁਰਬਾਣੀ ਵਿੱਚ ਸਿੰਪਲ ਜਿਹੜਾ ਹੈ ਉਸ ਦਾ ਸਾਡੇ ਸਿੱਖ ਧਰਮ ਜਾਂ ਸਿੱਖ ਮਜ਼ਹਬ ਦੀ ਗੱਲ ਨਹੀਂ ਹੋ ਰਹੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਦਾ ਮਤਲਬ ਪਿਓਰਲੀ ਸਿਸ਼ਟ ਜਾਂ ਸਟੂਡੈਂਟ ਹੈ ਤੋ ਸਟੂਡੈਂਟ অর ਖੋਜੇ ਜਿਹੜਾ ਸਿਕਰ ਬਣ ਕੇ ਸੱਚ ਦੀ ਉਸ اٹਲ ਸਚਾਈ ਦੀ ਨਿਰੰਤਰ ਭਾਲ ਕਰਨਾ ਜਿਹੜਾ ਹੈ ਜੇ ਅਸੀਂ ਇਹ ਕਹ ਲੈ ਕੇ ਕੇਂਦਰੀ ਜਿਹੜਾ ਸੁਨਿਆ ਗੁਰਬਾਣੀ ਦਾ ਜਿਹੜਾ ਹੈ ਇਹ ਹੈ ਹੁਣ ਜਿਹੜਾ ਵਿਗਿਆਨ ਜਿਹੜਾ ਹੈ ਉਹ ਜਿਹੜਾ ਇੰਦਰੀਆਵੇ ਗਿਆਨ ਤੱਕ ਸੀਮਤ ਹੈ ਕਿਉਂਕਿ ਜਿਹੜੀ ਸੈਂਟੀਫਿਕਲੀ ਜਿਹੜੀ ਵੀ ਗੱਲ ਹੈ ਉਹ ਤਾਂ ਕਹਿੰਦੇ ਕਿ ਅਸੀਂ ਉਹੀ ਸੱਚ ਨੂੰ ਸੱਚ ਮੰਨਾਂਗੇ ਜਿਹਨੂੰ ਅਸੀਂ ਐਕਸਪੈਰੀਮੈਂਟ ਕਰ ਸਕਦੇ ਆਂ ਤਾਂ ਜ਼ਾਹਰ ਹੈ ਕਿ ਐਕਸਪੈਰੀਮੈਂਟ ਤਾਂ ਉਸੇ ਚੀਜ਼ ਤੇ ਹੋ ਸਕਦਾ ਹੈ ਜਿਹੜੀ ਚੀਜ਼ ਟਾਈਮ ਐਂਡ ਸਪੇਸ ਦੇ ਵਿੱਚ ਆ ਜਾਂਦੀ ਹੈ। ਤਾਂ ਉਹ ਜਿਹੜੀ ਚੀਜ਼ ਹੈ ਉਹ ਮਤਲਬ ਜਿਹੜੀ ਹੈ ਹਮੇਸ਼ਾ ਨਹੀਂ ਰਹੇਗੀ ਉਹ ਉਹ ਜਿਹੜੀ ਕੋਈ ਐਸੀ ਜਿਹੜੀ ਸੱਚ ਦੀ ਜਿਹੜੀ ਸਤ ਜਾਂ ਸੱਦ ਸੱਚ ਉਹੀ ਹੈ ਜਿਹੜਾ ਸਦਾ ਰਹਿਣ ਵਾਲਾ ਤੇ ਜ਼ਾਹਰ ਹੈ ਕਿ ਉਹ ਜਿਹੜੀ ਗੁਰ ਜਿਹੜੀ ਸਾਇੰਸ ਦਾ ਜਿਹੜਾ ਫੀਲਡ ਹੈ ਉਹ ਵੱਖਰਾ ਹੈ ਤੇ ਜਿਹੜਾ ਸਪਿਰਚੁਅਲ ਨਾਲੇਜ ਦਾ ਜਿਹੜਾ ਵੱਖਰਾ ਲੇਕਿਨ ਦੋਵਾਂ ਦੇ ਵਿੱਚ ਕਨਫਲਿਕਟ ਨਹੀਂ ਹੈ। ਕੰਟਰਡਿਕਸ਼ਨ ਨਹੀਂ ਹੈਗੀ ਉਹ ਸਿਰਫ ਇੱਕ ਇੱਕ ਐਸ ਪੱਧਰ ਦੀ ਗੱਲ ਹੋ ਰਹੀ ਹੈ ਇੱਕ ਜਿਹੜੀ ਹੈ ਦੂਸਰੇ ਪੱਧਰ ਦੀ ਗੱਲ ਹੁਣ ਪ੍ਰੋਬਲਮ ਕਿੱਥੇ ਆਉਂਦੀ ਹੈ ਜਦੋਂ ਸਾਇੰਸ ਜਿਹੜੀ ਹੈ ਆਪਣੇ ਜਿਹੜੀ ਬਾਉਂਡਰੀ ਨੂੰ ਜਿਹੜੀ ਓਵਰਸਟੈਪ ਕਰ ਰਹੀ ਹੈ ਕਿਉਂਕਿ ਜਦੋਂ ਜਦੋਂ ਇੱਕ ਨਵਾਂ ਹੁੰਦਾ ਨਾ ਜਿਹੜਾ ਬੰਦਾ ਉਹਦੇ ਚ ਜ਼ਿਆਦਾ ਹੀ ਲੋੜ ਨਾਲੋਂ ਕਈ ਵਾਰੀ ਉਤਸ਼ਾਹ ਆ ਜਾਂਦਾ ਹੈ ਤਾਂ ਜਦੋਂ ਨਵੇਂ-ਨਵੇਂ ਜਦੋਂ ਸਾਇੰਸ ਡਵੈਲਪ ਹੋਈ ਪਿਛਲੀ ਦੋ ਸਦੀਆਂ ਤੇ ਉਹ ਬਸ ਐਬਸੋਲਿਊਟ ਜਿਹੜੀ ਉਹਨਾਂ ਦੀ ਸੋਚ ਸੀ ਐਬਸੋਲਿਊਟਿਜ਼ਮ ਕਿਉਂਕਿ ਕੋਈ ਚਾਲ ਸਲਾ ਕੋਈ ਬੋਇਲਸ ਲਾ ਐਡੇ-ਐਡੇ ਵੱਡੇ ਲਾ ਜੀ ਲਾਫ ਕਨਜ਼ਰਵੇਸ਼ਨ ਆਫ ਮਾਸ ਕਰਨ ਇਸ ਤੋਂ ਬਿਨਾ ਕਿ ਮਤਲਬ ਐਬਸੋਲਿਊਟ ਦਾ ਮਤਲਬ ਇਹ ਹੈ ਕਿ ਇਸ ਤੋਂ ਬਿਨਾ ਹੋਰ ਕੋਈ ਸੱਚ ਹੈ ਹੀ ਨਹੀਂ ਪਰਮਵਾਜਜਰ ਹੈ ਜਿਹੜੀ ਹੁਣ ਇਹੀ ਜਿਹੜੀ ਇੱਕ ਵੱਡੀ ਅੱਜ ਦੀ ਬਿਮਾਰੀ ਹੈ ਕਿ ਜਿਹੜੀ ਵੈਸਟ ਕੋਲ ਜਿਹੜੀ ਐਬਸੋਲਿਊਟਿਸ ਜਿਹੜੀ ਸੋਚ ਹੈ ਕਿ ਉਹਦਾ ਮਤਲਬ ਇਹ ਹੈ ਕਿ ਜੇ ਮੈਂ ਠੀਕ ਹਾਂ ਤੇ ਮੈਂ ਹੀ ਠੀਕ ਹਾਂ ਦੂਜਾ ਜਿਹੜਾ ਮੇਰੇ ਨਾਲ ਕੋਈ ਡਿਫਰ ਕਰ ਰਿਹਾ ਉਹ ਗਲਤ ਹੈ ਤਾਂ ਇਹਦਾ ਮਤਲਬ ਇੱਕ ਦਾ ਠੀਕ ਹੋਣਾ ਜਿਸ ਤਰ੍ਹਾਂ ਕਿ ਪ੍ਰੀ ਕੰਡੀਸ਼ਨ ਹੈ ਕਿ ਦੂਜਾ ਗਲਤ ਹੋਵੇ ਤੋ ਇਹ ਇਹ ਆਪਣੇ ਆਪ ਚ ਇਹ ਗੱਲ ਗਲਤ ਹੈ ਕਿਉਂਕਿ ਇੱਕ ਦੇ ਠੀਕ ਹੋਣ ਲਈ ਦੂਜੇ ਦਾ ਗਲਤ ਹੋਣਾ ਜ਼ਰੂਰੀ ਨਹੀਂ ਹੈ ਔਰ ਇਹ ਜਿਹੜੀ ਚੀਜ਼ ਹੈ ਇਹ ਪੂਰਬ ਦੇ ਛਾਨਪ ਹੈ ਰੈਲੇਟਿਵਿਜ਼ਮ ਜਿਹਨੂੰ ਆਪਾਂ ਕਹਿੰਦੇ ਆ ਰੈਲੇਟਿਵਿਜ਼ਮ ਜਿਹੜਾ ਹੈ ਸਪੇਖਵਾਦ ਜਿਹੜਾ ਉਹਦੇ ਚ ਇਹ ਜਿਹੜਾ ਐਬਸੋਲਿਊਟਿਜ਼ਮ ਨਾਲੋਂ ਇਹ ਹੀ ਫਰਕ ਹੈ ਕਿ ਰੈਲੇਟਿਵਿਜ਼ਮ ਦੇ ਵਿੱਚ ਇਹ ਹੈ ਕਿ ਤੁਸੀਂ ਵੀ ਠੀਕ ਹੋ ਸਕਦੇ ਹੋ ਮੈਂ ਵੀ ਠੀਕ ਹੋ ਸਕਦਾ ਤੁਸੀਂ ਆਪਣੇ ਥਾਂ ਦੇ ਠੀਕ ਹੋ ਮੈਂ ਆਪਣੀ ਗਲਤ ਹੈ ਕਿ ਉਹ ਸਚਾਈ ਨੂੰ ਤੁਸੀਂ ਕਿਤੇ ਇੱਕ ਪੱਖ ਤੋਂ ਦੇਖ ਰਹੇ ਹੋ ਮੈਂ ਜਿਹੜਾ ਦੂਸਰੇ ਪੱਖ ਤੇ ਦੇਖ ਰਿਹਾ ਤੋ ਇਸ ਕਰਕੇ ਅਸੀਂ ਉਸ ਸਾਡਾ ਜਿੱਥੋਂ ਮੈਂ ਉਸ ਚਾਈ ਦੇਖ ਰਿਹਾ ਮੈਂ ਆਪਣੀ ਥਾਂ ਠੀਕ ਹੋ ਸਕਦਾ ਕਿ ਜਿਸ ਤਰ੍ਹਾਂ ਤੁਸੀਂ ਇੱਕ ਹੁਣ ਇੱਕ ਥੱਲੇ ਇੱਕ ਖੜਾ ਬੰਦਾ ਗਰਾਉਂਡ ਲੈਵਲ ਤੋਂ ਦੇਖ ਰਿਹਾ ਵਾਰ ਤੋ ਉਹਦੀ ਜਿਹੜੀ ਦ੍ਰਿਸ਼ਟੀ ਸੀਮਤ ਹੈ ਉਹਨੂੰ ਹੁਣ ਇੱਕ ਬੰਦਾ 7ਵੇਂ ਮੰਜ਼ਲ ਤੇ ਖੜਿਆ ਹੈ ਉਹ ਕਹਿੰਦਾ ਮੈਨੂੰ ਆ ਦਿਖ ਰਿਹਾ ਆ ਦਿਖ ਰਿਹਾ ਤੋ ਦੂਸਰਾ ਜੇ ਥੱਲੇ ਕਹਿੰਦਾ ਮੈਨੂੰ ਤਾਂ ਨਹੀਂ ਦਿਖ ਰਿਹਾ ਤੂੰ ਗਲਤ ਹੈ ਮੈਨੂੰ ਤਾਂ ਨਹੀਂ ਦਿਸੀ ਨ ਰਿਹਾ ਹੁਣ ਜਿਹੜਾ ਬੰਦਾ 7ਵੇਂ ਪੱਧਰ ਤੇ ਜਿਹੜੀ ਮੰਜ਼ਲ ਤੇ ਜੋ ਦੇਖ ਸਕਦਾ ਉਹ ਥੱਲੇ ਨਹੀਂ ਦੇਖ ਸਕਦਾ ਹੁਣ ਉਸ ਪੱਧਰ ਤੇ ਉਹ ਵੀ ਠੀਕ ਜਿਹੜਾ ਗਰਾਊਂਡ ਤੇ ਖੜ ਕੇ ਜਿੰਨਾ ਉਹਨੂੰ ਦਿਸ ਰਿਹਾ ਉਹ ਆਪਣੇ ਤਾਂ ਸੱਚਾ ਹੈ ਜਿਹੜਾ ਉੱਤੇ ਜਾ ਕੇ ਉਹ ਉਹਦੀ ਵਾਈਡਨ ਹੋ ਗਿਆ ਹਾਰਾਈਜ਼ਨ ਜਦੋਂ ਹੋਰ ਦੇਖ ਰਿਹਾ ਉਹ ਨਾ ਉਹ ਗਲਤ ਹੈ ਨਾ ਉਹ ਗਲਤ ਹੈ ਤਾਂ ਇਹ ਹੈ ਰੈਲੇਟਿਵਿਜ਼ਮ ਸਪੇਕਵਾਦ ਜਿਹੜਾ ਹੈ ਤਾਂ ਇਹ ਐਬਸੋਲਿਊਟਿਜ਼ਮ ਦੇ ਵਿੱਚ ਜਿਹੜਾ ਹੈ ਡਾਇਲੌਗ ਸੰਭਵ ਨਹੀਂ ਹੈ ਸੰਵਾਦ ਜਿਹੜਾ ਹੈ ਉਹ ਐਬਸੋਲਿਊਟਿਜ਼ਮ ਐਬਸੋਲਿਊਟਿਸਟ ਥਿੰਕਿੰਗ ਨਾਲ ਨਹੀਂ ਹੋ ਸਕਦਾ ਤਾਂ ਰੈਲੇਟਿਵਿਜ਼ਮ ਕਿਉਂਕਿ ਜਦੋਂ ਤੁਸੀਂ ਸੰਵਾਦ ਕਾਦਾ ਹੋਇਆ ਉਹ ਤਾਂ ਡਿਬੇਟ ਹੋ ਗਈ ਜਦ ਤੱਕ ਡਿਬੇਟ ਦੇ ਵਿੱਚ ਇੱਕ ਨੂੰ ਹਰਾਣਾ ਇੱਕ ਦਾ ਜਿੱਤਣਾ ਜ਼ਰੂਰੀ ਹੈ ਇੱਕ ਠੀਕ ਹੈ ਇੱਕ ਗਲਤ ਹੈ ਲੇਕਿਨ ਸੰਵਾਦ ਦੇ ਵਿੱਚ ਕਿਸੇ ਦੀ ਜਿੱਤ ਔਰ ਹਾਰ ਨਹੀਂ ਹੈ ਸੰਵਾਦ ਦੇ ਵਿੱਚ ਅਸੀਂ ਮਿਲ ਕੇ ਜਿਹੜਾ ਹੈ ਉਹ ਸੱਚ ਦੇ ਪਹਾਲ ਕਰ ਰਹੇ ਹਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਇੱਕ ਹੋਰ ਮੇਰੀ ਸੀਮਤ ਬੁੱਧੀ ਅਨੁਸਾਰ ਜੇ ਇਹ ਕਹਿ દਈਏ ਕਿ ਜੇ ਦੁਨੀਆ 'ਚ ਓਪਨ ਡਾਇਲਾਗ ਖੁੱਲਾ ਸੰਵਾਦ ਦੇ ਜੇ ਕੋਈ ਐਗਜ਼ਾਮਪਲ ਹੈ ਦੁਨੀਆ 'ਚ ਤਾਂ ਗੁਰੂ ਗ੍ਰੰਥ ਸਾਹਿਬ ਹੈ ਤਾਂ ਇਹ ਹੈ ਕਿ ਅਸੀਂ ਜਿਹੜਾ ਗੁਰੂ ਗੁਰਬਾਨੇ ਗੁਰੂ ਗ੍ਰੰਥ ਸਾਹਿਬ ਦਾ ਸੁਣਾ ਕਿ ਸਾਰੇ ਮਿਲ ਕੇ ਆਓ ਜਿਹੜਾ ਸੱਚ ਦੇ ਪਾਲ ਕਰੀਏ ਇਹ ਹੈ ਸੁਣਿਆ ਤੋ ਕੋਈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਹੈ ਕਰਮ ਕਾਂਡ ਨਹੀਂ ਹੈ ਕੋਈ ਕਿਉਂਕਿ ਸਾਰਾ ਜਿਹੜਾ ਹੈ ਗਿਆਨ ਹੈ ਜਿਹੜਾ ਬ੍ਰह्म ਗਿਆਨ ਹੈ ਜਾਂ ਗਿਆਨ ਬ੍ਰह्म ਗਿਆਨ ਵੱਲ ਜਿਹੜੀ ਜਾਣ ਦੇ ਜਿਹੜਾ ਹੈ ਸਫਰ ਦੀ ਗੱਲ ਕੀਤੀ ਗਈ ਹੈ ਤੋ ਗੁਰ ਗਿਆਨ ਪ੍ਰਚੰਡ ਬੁਲਾਇਆ ਅ ਗਿਆਨੰਦੇ ਰਾਜੇ ਤੋ ਇਹ ਜਿਹੜਾ ਹੈ ਤੋ ਫਿਰ ਜਿਹੜਾ ਜਿਹੜਾ ਇਹ ਹੁਣ ਤੁਸੀਂ ਦੇਖੋ ਪ੍ਰੈਕਟੀਕਲੀ ਕੀ ਹੋ ਰਿਹਾ ਹੈ ਕਿ ਇੱਕ ਬੰਨੇ ਗੁਰਬਾਣੀ ਦਾ ਕਹਿੰਗੇ ਥਿਤਵਾਰ ਨਾ ਜੋਗੀ ਜਾਣੇ ਰੁੱਤ ਮਾ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਏ ਤੇ ਮਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਕੋਈ ਕੋਈ ਦਿਨ ਕੋਈ ਰੁੱਤ ਕੋਈ ਗੁਰਬਾਣੀ ਚ ਮਾੜੇ ਨਹੀਂ ਲੇਕਿਨ ਆਪਾਂ ਪ੍ਰੈਕਟੀਕਲੀ ਹੁਣ ਦੇਖੀਏ ਕਿ ਸਭ ਥਾਂ ਜਿਹੜਾ ਕੁੰਡਲੀਆਂ ਬਣਾਈਆਂ ਜਾ ਰਹੀਆਂ ਟੇਵੇ ਬਣਾਏ ਜਾ ਰਿਹਾ ਔਰ ਮੈਂ ਨਹੀਂ ਗੱਲ ਕਰਦਾ ਬਿਸਧਾਰਨ ਸਿੱਖਾਂ ਦੇ ਮੈਂ ਤੁਹਾਨੂੰ ਚੰਡੀਗੜ੍ਹ ਵੱਡਾ ਜਿਹੜਾ ਐਨਾ ਮਾਡਰਨ ਸ਼ਹਿਰ ਹੈ ਉਹਦੇ ਵਿੱਚ ਮੈਂ ਜਿਹੜੇ ਹਾਈਐਸਟ ਜਿਹੜੇ ਐਜੂਕੇਟਿਡ ਲੋਕ ਹੈ ਉਹ ਲੋਕ ਜਿਹੜੇ ਮਤਲਬ ਆਪਣੇ ਵਿਆਹ ਸ਼ਾਦੀ ਦੀਆਂ ਕੁੰਡਲੀਆਂ ਔਰ ਟੇਵਿਆਂ ਦੇ ਨਾਲ ਕਰ ਰਹੇ ਆ ਤਾਂ ਇਹ ਜਿਹੜਾ ਇਹ ਦੇਖੋ ਸਾਡਾ ਜਿਹੜਾ ਕਿੰਨੇ ਅਸੀਂ ਜਿਹੜੇ ਗੁਰਬਾਣੇ ਤੋਂ ਜਿਹੜਾ ਹੈ ਦੂਰ ਜਾਂ ਬੇਮੁਖ ਹੋ ਰਹੇ ਆ ਕਿ ਮਤਲਬ ਜਿਹੜਾ ਵੀ ਚਲੋ ਜਿਹੜਾ ਇੱਕ ਸਧਾਰਨ ਬੰਦਾ ਜਿਹਨੂੰ ਹਲੇ ਸਮਝ ਨਹੀਂ ਉਹ ਤਾਂ ਇਹੋ ਜਿਹਾ ਕੰਮ ਕਰ ਦੇ ਲੋਏ ਕਿ ਜਿਹੜੇ ਹਾਈਐਸਟ ਐਲੀਟ ਐਸੋਸਾਇਟੀ ਦੇ ਸਾਡੇ ਉਹ ਮਤਲਬ ਇਹ ਹੋ ਰਿਹਾ ਮੈਂ ਮਤਲਬ ਕੋਈ ਗੱਲ ਫਰਜ਼ੀ ਨਹੀਂ ਕਹੀ ਜੋ ਮੈਂ ਗੱਲ ਕਹੀ ਬਿਲਕੁਲ ਤੁਹਾਨੂੰ ਸੱਚੀ ਗੱਲ ਕਹੀ ਹੈ ਆਪਣੇ ਨਿੱਜੀ ਤਜਰਬੇ ਤੋਂ ਪਰ ਫੇਰ ਗੁਰੂਵਾਨੀ ਕਹਿੰਦੀ ਹੈ ਕਿ ਜਿਹੜਾ ਗਿਆਨ ਹੈ ਇਹ ਹਾਸਲ ਕਰਨ ਲਈ ਉਦਮ ਕਰਨਾ ਪੈਂਦਾ ਹੈ ਇਹ ਸੌਖਾ ਗਿਆਨ ਨਹੀਂ ਮਿਲ ਜਾਂਦਾ ਗਿਆਨ ਨਾ ਗੱਲੇ ਢੁੰਡਿਏ ਕਥਨਾ ਕਰੜਾ ਸਾਰ ਇਹ ਜਿਹੜਾ ਐਫਰਟ ਜਿਹੜਾ ਉਦਮ ਲਾਣਾ ਜਿਹੜਾ ਹੈ ਉਹ ਵੀ ਜ਼ਰੂਰੀ ਹੈ। ਤੋਂ ਜੇ ਆਪਾਂ ਇਹ ਫਿਰ ਇਹ ਤੇ ਗੁਰਬਾਣੀ ਸਿੱਖ ਤੇ ਖੋਜੀ ਬਣ ਕੇ ਇੰਦਰੀਆਵੀ ਗਿਆਨ ਤੋਂ ਰੋਹਾਨੇ ਗਤ ਗਿਆਨ ਤੱਕ ਪ੍ਰਤੱਖ ਸਚਾਈ ਤੋਂ ਅਟਲ ਸਚਾਈ ਤੱਕ ਜਾਣ ਦੀ ਪ੍ਰੇਰਣਾ ਦਿੰਦੀ ਹੈ। ਇਹ ਮੈਂ ਮਤਲਬ ਮੈਂ ਮੈਨੂੰ ਜੋ ਸਮਝ ਮੈਂ ਤੁਹਾਡੇ ਨਾਲ ਸ਼ੇਅਰ ਕਰੇ ਜਾ ਰਿਹਾ ਜੋ ਮੇਰੇ ਔਰ ਕਿਸ ਤਰ੍ਹਾਂ ਗੈਰੀ ਗੁਰਬਾਨੀ ਤਾਜ ਚਿਤਰੇ ਚਿਤ ਰਾਖ ਚਤੇਰਾ ਕਿ ਆ ਜਿਹੜੀ ਗੱਲ ਹੈ ਕਿ ਜਿਹੜੀ ਵਿਜੀਬਲ ਜਾਂ ਪਰਸੈਪਟਿਵ ਰਿਐਲਿਟੀ ਤੋਂ ਮਤਲਬ ਜਿਹੜੀ ਹੈ ਅੰਤਮ ਸਚਾਈ ਤੱਕ ਜਾਂ ਉਹਦੀ ਐਗਜ਼ਾਮਪਲ ਦੇਖੋ ਕਿੰਨੀ ਅੱਛੀ ਦਿੱਤੇ ਗਈ ਹੈ ਤਾਜ ਚਿਤਰੇ ਚਿਤ ਰਾਖ ਚਤੇਰਾ ਕਿ ਪੇਂਟਿੰਗ ਜਿਹੜੀ ਹੈ ਤਸਵੀਰ ਹੈ ਇਸ ਨੂੰ ਨਹੀਂ ਇਹਦੇ ਤੇ ਨਾ ਗਵਾਜ ਜਾਓ ਇਹ ਦੇਖੋ ਕਿ ਕੌਣ ਇਹਨੂੰ ਬਣਾਉਣ ਵਾਲਾ ਹੈ ਇਸ ਤਸਵੀਰ 라ਏ ਉਸ ਤੱਕ ਪਹੁੰਚਣ ਦਾ ਤੱਕ ਉਹਦੀ ਕੋਸ਼ਿਸ਼ ਕਰੋ ਜਿਸ ਨੇ ਇਸ ਤਸਵੀਰ ਨੂੰ ਬਣਾਇਆ ਹੈ ਤੋ ਇਸੇ ਤਰ੍ਹਾਂ ਇਹ ਜਿਹੜੀ ਸਰਗੁਣ ਜਿਹੜੀ ਸਚਾਈ ਹੈ ਇਸ ਤੋਂ ਗੁਰਬਾਣੀ ਕਹਿੰਦੇ ਇਹ ਸਰਗੁਣ ਸਚਾਈ ਵਿੱਚੋਂ ਜਿਹੜਾ ਨਿਰਗੁਣ ਨੇ ਜਿਸ ਨੇ ਇਹ ਸਰਗੁਣ ਸਚਾਈ ਨੂੰ ਬਣਾਇਆ ਉਸ ਦੀ ਜਿਹੜੀ ਭਾਲ ਕਰੋ ਇਸੇ ਦੇ ਵਿੱਚ ਤੋ ਇਹ ਜਿਹੜਾ ਕੋ ਫਿਰ ਗੁਰਬਾਣੀ ਕਹਿੰਦੇ ਸਰਗੁਣ ਔਰ ਨਿਰਗੁਣ ਦੇ ਵਿੱਚ ਕੋਈ ਪੇਤ ਨਹੀਂ ਹੈ ਕਿਉਂਕਿ ਇੱਕੋ ਜੀ ਹੈ ਉਹ ਨਿਰਗੁਣ ਨੇ ਹੀ ਸਰਗੁਣ ਨੂੰ ਬਣਾਇਆ ਔਰ ਸਰਗੁਣ ਜਿਹੜੀ ਹੈ ਨੇ ਨਿਰਗੁਣ ਦੇ ਵਿੱਚ ਨਿਰਗੁਣ ਦੇ ਵਿੱਚ ਉਹ ਇਹ ਉਪਜਿਆ ਨਿਰਗੁਣ ਦੇ ਵਿੱਚ ਇਹਨੇ ਸਮਾ ਜਾਣਾ ਹੈ ਤੋ ਇਸ ਕਰਕੇ ਜਿਹੜਾ ਸਰਗੁਣੋਂ ਨਿਰਗੁਣ ਦੇ ਵਿੱਚ ਜਿਹੜਾ ਗੁਰਬਾਣੀ ਕਹ ਰਹੀ ਹੈ ਕਿ ਕੋਈ ਭੇਦ ਨਹੀਂ ਸਿਰਫ ਇਹ ਦੱਸ ਰਿਹਾ ਕਿ ਸਰਗੁਣ ਦੇ ਰਾਹੇ ਜਿਹੜੇ ਹੈ ਅਸੀਂ ਨਿਰਗੁਣ ਤੱਕ ਪਹੁੰਚਣਾ ਹੈ ਕੁਦਰਤ ਦੇ ਰਾਹੇ ਕਾਦਰ ਤੱਕ ਪਹੁੰਚਣ ਦਾ ਜਿਹੜਾ ਸੁਨਿਆ ਹੈ ਤੋ ਜਿਹੜੀ ਪ੍ਰਤੱਖ ਸਚਾਈ ਦੱਸਦਾ ਕਿਉਂਕਿ ਇਹਨੇ ਜਿਹੜੀ ਪ੍ਰਤੱਖ ਸਚਾਈ ਨੇ ਸਦਾ ਕਾਇਮ ਨਹੀਂ ਰਹਿਣਾ ਇਸ ਲਈ ਜਿਹੜਾ ਗੁਰਬਾਣੀ ਕਹਿੰਦੀ ਕਿ ਉਸ ਚੀਜ਼ ਨਾਲ ਨਾ ਜੁੜੋ ਕਿ ਜਿਹੜੇ ਨੇ ਸਦਾ ਨਹੀਂ ਰਹਿਣਾ ਕਿਉਂਕਿ ਜੇ ਤੁਸੀਂ ਉਹਨਾ ਚੀਜ਼ਾਂ ਨਾਲ ਜੁੜੋਗੇ ਜਿਨ੍ਹਾਂ ਨੇ ਰਹਿਣਾ ਹੀ ਨਹੀਂ ਤੇ ਫਿਰ ਉਹਦੇ ਨਾਲ ਬੰਦਾ ਜਿਹੜਾ ਹੈ ਜ਼ਾਹਰ ਹੈ ਕਿ ਜਿਹਨੂੰ ਆਪਾਂ ਅੰਗਰੇਜ਼ੀ ਚ ਕਹਿੰਦੇ ਲੈਟ ਡਾਊਨ ਹੋਏਗਾ ਕਿ ਜੇ ਤੁਸੀਂ ਜੇ ਜੁੜਨਾ ਹੈ ਤਾਂ ਉਸ ਚੀਜ਼ ਨਾਲ ਜੁੜੋ ਜਿਹੜੀ اٹਲ ਹੈ ਜਿਹੜੀ ਜਿਹੜੀ ਹਮੇਸ਼ਾ ਰਹਿਣ ਵਾਲੀ ਹੈ ਤਾਂ ਗੁਰਵਾਨੇ ਕਰਕੇ ਜੋ ਉਪਜੋ ਸੁਮਿੰਸ ਹੈ ਪਰ ਉਹ ਅੱਜ ਦੇ ਕਾਲ ਨਾਨਕ ਹਰ ਗੁਣ ਘਾਇਲ ਛਾੜ ਸਗਲ ਜੰਜਾਲ ਇਦੇ ਵਿੱਚ ਜੇ ਬੰਦਾ ਉਲਝ ਗਿਆ ਜਿਹੜੀ ਵਿਜੀਬਲ ਰਿਐਲਿਟੀ ਦਾ ਫੇਰ ਜਿਹੜਾ ਹੈ ਇਸ ਤੋਂ ਉੱਪਰ ਨਹੀਂ ਉੱਠੇਗਾ ਫੇਰ ਜਿਹੜਾ ਹੈ ਜਿੱਥੇ ਤੱਕ ਬੰਦੇ ਦੇ ਪਹੁੰਚਣ ਦੀ ਰੱਬ ਨੇ ਤੁਹਾਨੂੰ ਸਮਰੱਥਾ ਦਿੱਤੀ ਹੈ ਤੁਸੀਂ ਫਿਰ ਉਸ ਤੱਕ ਨਹੀਂ ਆਪਣੀ ਸਮਰੱਥਾ ਦੇ ਮੁਤਾਬਕ ਆਪਣਾ ਵਿਕਾਸ ਨਹੀਂ ਕਰ ਸਕੋਗੇ। ਤੋਂ ਇਸੇ ਲਈ ਜਦੋਂ ਇਹ ਵੀ ਲਫ਼ਜ਼ ਵਰਤਿਆ ਕੂੜ ਨਕਟੇ ਨਾਨਕਾ ਔੜਕ ਸੱਚ ਰਹੀ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਸੱਚ ਤੋਂ ਭਾਵੇਂ ਜਿਹੜੀਆਂ ਸਦਾ ਨਹੀਂ ਰਹਿਣੀਆਂ ਉਹਨਾਂ ਨੂੰ ਅਗਰ ਸੱਚ ਸਮਝ ਲਿਆ ਤੇ ਫਿਰ ਜਿਹੜਾ ਹੈ ਤੁਸੀਂ ਮਤਲਬ ਉਹ ਉਹ ਫਿਰ ਕੂੜ ਇਸ ਸੈਂਸ ਤੋਂ ਹੋ ਜਾਂਦਾ ਹੈ ਕਿ ਜਿਹੜੀ ਜਦੋਂ ਜਿਹੜੀ ਚੀਜ਼ ਸਦਾ ਰਹਿਣ ਵਾਲੀ ਨਹੀਂ ਹੈ ਉਹਨੂੰ ਸਦਾ ਜਿਹੜਾ ਰਹਿਣ ਵਾਲੀ ਸਮਝ ਲੈਣਾ ਜਿਹੜਾ ਹੈ ਉਹ ਮਤਲਬ ਜਿਹੜਾ ਹੈ ਉਹ ਜ਼ਾਹਰ ਹੈ ਕਿ ਉਹ ਔੜਕ ਨਹੀਂ ਚੱਲੇਗਾ ਨਹੀਂ ਨਿਭੇਗਾ। ਤੋਂ ਗਿਆਨ ਦੇ ਮਾਰਗ ਤੇ ਚੱਲਣ ਲਈ ਮਨ ਨੂੰ ਕਾਬੂ ਵਿੱਚ ਕਰਨਾ ਪੈਂਦਾ ਹੈ। ਸੋ ਪੰਡਤ ਜੋ ਮਨ ਪਰਬੋਧੇ ਜਿਹਨੇ ਗਿਆਨ ਦੇ ਮਾਰਗ ਤੇ ਚੱਲਣਾ ਉਹ ਮਦੋ ਤਾਂ ਹੀ ਚੱਲ ਸਕਦਾ ਜੇ ਆਪਣੇ ਮਨ ਨੂੰ ਜਿਹੜਾ ਉਹ ਕੰਟਰੋਲ ਚ ਲਿਆਏ ਨਹੀਂ ਤਾਂ ਕੀ ਹੋਏਗਾ ਕਿ ਜਿਹੜਾ ਮਨ ਹੈ ਉਹ ਤੁਹਾਨੂੰ ਵਿਕਾਰਾਂ ਦੇ ਹੀ ਅਧੀਨ ਰੱਖੇਗਾ ਗਿਆਨ ਦੇ ਮਾਰਗ ਤੇ ਚੱਲਣ ਨਹੀਂ ਦੇਵੇਗਾ ਤੋ ਉਹਦਾ ਕੀ ਹੋਏਗਾ ਕਿ ਭਾਵੇਂ ਫਿਰ ਜਿੰਨਾ ਮਰਜ਼ੀ ਬੰਦਾ ਪੜੀ ਜਾ ਪੜੀ ਲਿਖੀ ਜਾਏ ਲੇਕਿਨ ਜਿਹੜਾ ਉਹ ਮੂਰਖ ਹੀ ਰਹੇਗਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਉਹ ਮਤਲਬ ਜਿਹੜਾ ਬੰਦਾ ਵਿਕਾਰਾਂ ਦੇ ਮਾਰ ਤੋਂ ਨਹੀਂ ਉੱਪਰ ਉੱਠ ਸਕੇਗਾ ਉਹ ਅਸਲੀ ਮੈਨੇ ਅਜ ਪੜਿਆ ਲਿਖਿਆ ਨਹੀਂ ਉਹ ਮੂਰਖ ਹੀ ਰਹੇਗਾ ਫਿਰ ਔਰ ਫਿਰ ਤੁਹਾਨੂੰ ਇੱਕ ਜਿਹੜੀ ਹੈ ਇਹ ਗੁਰਬਾਣੀ ਨੇ ਸੁਣਾ ਦਿੱਤਾ ਕਿ ਇੱਕ ਵਾਰੀ ਚੱਖ ਕੇ ਦੇਖੋ ਗਿਆਨ ਦਾ ਭੋਜਨ ਵੇ ਅਸੀਂ ਮਤਲਬ ਜਿਹੜਾ ਇਹ ਹੀ ਦੂਸਰੇ ਜਿਹੜੇ ਦੁਨਿਆਵੀ ਭੋਜਨ ਤੇ ਆਨੰਦ ਲਈ ਜਾਂਦੇ ਤੇ ਗੁਰੂ ਸਾਹਿਬ ਕਹਿੰਦੇ ਕਿ ਜਦੋਂ ਇਹ ਭੋਜਨ ਚੱਖ ਲੋਗੇ ਗਿਆਨ ਦਾ ਫਿਰ ਦੇਖੋ ਕਿੰਨਾ ਕਮਿਠਾ ਹੈ ਭੋਜਨ ਗਿਆਨ ਮਹਾਰਸ ਮਿਠਾ ਕਿ ਇਹ ਜਿਹੜਾ ਜਿਨ ਚੱਖਿਆ ਤੈਨ ਦਰਸ਼ਨ ਦੇਠਾ ਕਿਉਂਕਿ ਜਿਸ ਨੇ ਗਿਆਨ ਦਾ ਭੋਜਨ ਚੱਖ ਲਿਆ ਉਸ ਨੂੰ ਫਿਰ ਜਿਹੜਾ ਹੈ ਉਸ ਅੰਤਮ ਸਚਾਈ ਦੇ ਉਸ ਦੇ ਉਹਦੇ ਦਰਸ਼ਨ ਹੋਣਗੇ ਜਿਹੜੇ ਅਟਲ ਜਿਹੜੇ ਜੋ ਅਕਾਲ ਪੁਰਖ ਦੇ ਜਿਹੜੇ ਦਰਸ਼ਨ ਤਾਂ ਹੀ ਹੈ ਇਹ ਇਹ ਜਿਹੜਾ ਜਿਸ ਨੇ ਇਹ ਜਿਹੜਾ ਭੋਜਨ ਚੱਖਣਾ ਤਾਂ ਹੀ ਉਹਨੂੰ ਫਿਰ ਇੰਨਾ ਜਿਹੜਾ ਮਹਾਰਾਸ਼ਟਰ ਦਾ ਮਿੱਠਾ ਹੈਗਾ ਕਿ ਉਸ ਚੀਜ਼ ਤੁਹਾਨੂੰ ਦਰਸ਼ਨ ਕਰਾ ਸਕਦਾ ਹੈ ਜਿਹੜਾ ਗਿਆਨ ਜਿਹੜਾ